ਅਨੰਦਪੁਰ ਸਾਹਿਬ ਤੋਂ ਆਏ ਵਪਾਰੀ ਨਾਲ ਗੁਰੂ ਨਗਰੀ ਵਿੱਚ ਵੱਡੀ ਵਾਰਦਾਤ। ਵਪਾਰੀ ਤੋਂ ਲੁਟੇਰਿਆਂ ਨੇ ਖੋਏ ਲੱਖਾਂ ਰੁਪਏ। ਵੱਡੀ ਖਬਰ ਸਾਹਮਣੇ ਆ ਰਹੀ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ, ਜਿੱਥੇ ਅਨੰਦਪੁਰ ਸਾਹਿਬ ਦਾ ਵਪਾਰੀ ਜੋ ਕੱਪੜੇ ਲੈਣ ਗੁਰੂ ਨਗਰੀ ਆਇਆ ਸੀ, ਨਾਲ ਲੁੱਟ ਦੀ ਵਾਰਦਾਤ ਹੋਈ ਹੈ। ਲੁਟੇਰੇ ਵਪਾਰੀ ਤੋਂ ਬੈਗ ਖੋਹ ਕੇ ਫਰਾਰ ਹੋ ਗਏ। ਦੱਸਣਾ ਬਣਦਾ ਹੈ ਕਿ ਇਹ ਵਪਾਰੀ ਹਰ ਐਤਵਾਰ ਨੂੰ ਗੁਰੂ ਨਗਰੀ ਤੋਂ ਕੱਪੜੇ ਲੈਣ ਆਉਂਦਾ ਹੈ ਅਤੇ ਅੱਜ ਜਦੋਂ ਭਰਾਵਾਂ ਵਾਲੇ ਢਾਬੇ ਦੀ ਗਲੀ ਤੋਂ ਲੰਘ ਰਿਹਾ ਸੀ ਤਾਂ ਲੁਟੇਰਿਆਂ ਵੱਲੋਂ ਉਸ ਤੋਂ ਬੈਗ ਖੋਹ ਕੇ ਫਰਾਰ ਹੋ ਗਏ। ਲੁੱਟ ਦੀ ਇਹ ਸਾਰੀ ਵਾਰਦਾਤ CCTV ਕੈਮਰੇ 'ਚ ਵੀ ਕੈਦ ਹੋ ਗਈ ਹੈ। ਪੁਲਿਸ ਮੌਕੇ ਤੇ ਪਹੁੰਚ ਗਈ ਹੈ, ਜਿਨ੍ਹਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਅਸਲ ਲੁੱਟ ਖੋਹ ਦੀ ਹੋਈ ਸਮਝ ਲਓ ਜੀ। ਇੱਕੋ ਹੀ ਸੀਗਾ, 5 ਲੱਖ। ਨਹੀਂ 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 ਉਦੇ ਸਰਦਾਰ ਜਿਹਾ ਸੀ, ਉਹਨੇ ਮੂੰਹ ਤੇ ਰੁਮਾਲ ਬੰਨਿਆ ਹੋਇਆ ਸੀ। ਨਹੀਂ ਮੈਨੂੰ ਨਹੀਂ ਪਤਾ, ਉਹ ਪਹਿਲਾਂ ਹੀ ਇੱਥੇ ਸੀਗਾ, ਮਾਰਕੀਟ 'ਚ ਪਹਿਲਾਂ ਹੀ ਸੀਗਾ। ਇਨਸਾਫ ਦਿੱਤਾ ਜਾਵੇ, ਅਸੀਂ ਤਾਂ ਵਪਾਰੀ ਆ, ਅਸੀਂ ਤਾਂ ਆਉਣਾ ਹੈ, ਨਹੀਂ ਤਾਂ ਫਿਰ ਜੇ ਇਸ ਤਰ੍ਹਾਂ ਹੋਇਆ ਤਾਂ ਫਿਰ ਅਸੀਂ ਅੱਗੋਂ ਵਾਸਤੇ ਆਉਣਾ ਬੰਦ ਹੋ ਜਾਣਾ। ਅਸੀਂ ਤਾਂ ਬਾਕੀ ਵਪਾਰੀਆਂ ਨੂੰ ਵੀ ਇਹੀ ਸਲਾਹ ਦੇਵਾਂਗੇ ਕਿ ਵੀ ਹਰ ਐਤਵਾਰ ਦੇ ਦਿਨ, ਹਾਂ ਹਰ ਸੰਡੇ ਆਉਂਦੇ, ਸ਼ਾਇਦ ਭੇਤੀ ਹੋਵੇ, ਮਾਰਕੀਟ ਦਾ ਕੋਈ ਜਾਣ ਪਹਿਚਾਣ ਵਾਲਾ ਹੋਵੇ ਤਾਂ। ਇੱਥੇ ਜਗਜੀਵਨ ਸਿੰਘ ਉਰਫ ਬਿੱਲਾ ਵਪਾਰੀ ਹੈਗੇ ਨੇ ਅਨੰਦਪੁਰ ਸਾਹਿਬ ਤੋਂ। ਇਹ ਕਹਿੰਦੇ ਹਰ ਐਤਵਾਰ ਇੱਥੇ ਵਪਾਰ ਕਰਨ ਆਉਂਦੇ ਹੈਗੇ ਨੇ। ਅੱਜ ਕੋਈ ਕਰੀਬ 8:15 ਦੇ ਕਰੀਬ ਉਹਨਾਂ ਦੀ ਸ਼ਾਇਦ ਗਲੀ ਗਿੱਲਾਂ ਵਾਲੀ ਵਿੱਚ ਖੋਹ ਹੋਈ ਹੈਗੀ। ਸਰ ਕਿੰਨਾ ਨੁਕਸਾਨ? ਕਰੀਬ 5 ਲੱਖ ਦਾ ਨੁਕਸਾਨ ਹੈਗਾ। ਅਸੀਂ ਕੈਮਰੇ ਵੇਖਣੇ ਹੈਗੇ ਨੇ, ਡੈਫੀਨੇਟਲੀ ਫਾਈਨਲ ਕਰਕੇ ਆਪਾਂ ਫੜ ਲਵਾਂਗੇ ਉਹਨੂੰ ਜੀ। ਸਰ ਇੱਥੇ ਨਹੀਂ, ਵਪਾਰੀ ਹੈ ਜੀ, ਅਨੰਦਪੁਰ ਸਾਹਿਬ ਤੋਂ ਆਉਂਦੇ ਆ। ਨਹੀਂ ਹਰ ਐਤਵਾਰ ਆਉਂਦੇ ਸੀ। ਦੇਖੋ ਜੀ, ਕਾਰਵਾਈ FIR ਲੌਂਚ ਕਰ ਰਹੇ ਹਾਂ ਜੀ। ਵੈਪਨ ਵਗੈਰਾ ਵੀ? ਸਰ ਨਹੀਂ, ਐਸੀ ਕੋਈ ਗੱਲ ਸਾਹਮਣੇ ਨਹੀਂ ਆਈ ਜੀ।